ਇਹਨਾਂ ਦੀਆਂ ਪੂਥੀਆਂ ਹੈ ਡਾਕਟਰ ਵਾਲੀਆਂ ਮਸਾਲੇ ਬਣਾ ਦੋ ਮੈਂ ਵਾ ਉਹ ਕਨਵੇਸ ਆ ਫਿਰ ਮੇਰੀ ਮਿਸਟੇਕ ਆ ਇਹ ਜਿਹੜਾ ਉਹਦੀ ਫੋੜੇ ਨੂੰ ਕੀੜਾ ਦਿੰਦੇ ਆ ਨਾ ਉਹ ਟਾਕੀਆਂ ਐ ਬਾਹਰ ਸੁੱਟ ਕੇ ਆਉਂਦਾ ਮੈਂ ਕਿਹਾ ਜੀ ਮੇਰਾ ਪ੍ਰਮੋਟਰ ਵੀ ਆਇਆ ਮੇਰੇ ਨਾਲ ਉਹ ਰਹਿਣ ਦਿਓ ਹੈ ਡਾਕਟਰ ਸਾਹਿਬ ਮੈਂ ਸੱਚ ਕੇ ਜਾਵਾਂ ਖੁੱਲ ਕੇ ਗੱਲ ਦੱਸੀ ਮੈਂ ਬਹੁਤ ਪਰੇਸ਼ਾਨ ਹਾਂ ਪਰੇਸ਼ਾਨ ਜੀ ਉਹ ਨਾਲਾ ਘੁੱਟ ਕੇ ਬਣ ਬੈਠੀ ਹੈ ਹਾਂ ਅੱਲਾ ਜੀ ਮੈਂ ਬੜੀ ਪਰੇਸ਼ਾਨ ਹਾਂ ਇਹ ਉਹ ਕਾਲਾ ਨਹੀਂ ਹੈਗਾ ਇਹਦਾ ਮਤਲਬ ਅੱਜ ਉਧਾਰ ਹੋ ਗਿਆ ਇੱਧਰ ਹੋ ਜਾ ਹਾਂ ਕੀ ਗੱਲ ਕੀ ਹੈ ਤੈਨੂੰ ਸਾਚਾ ਗੱਲ ਦੱਸਣੀ ਹੈ ਡਾਕਟਰ ਕੋਲੋਂ ਗੱਲ ਕੋਈ ਨਹੀਂ ਹੁੰਦੀ ਬਿਲਕੁਲ ਸੱਚ ਦੱਸਣੀ ਹੈ ਤੂੰ ਡਾਕਟਰ ਕਾਲ ਦਾ ਮਰਜ਼ ਕਿਵੇਂ ਹੋ ਸਕਦਾ ਮੈਂ ਮਰਜ਼ ਬੁੱਝ ਲਈ ਹੈ ਤੇਰੀ ਹਾਂ ਮੈਨੂੰ ਪੂਰੀ ਕਰਨੀ ਪੈ ਜਾਣੀ ਮੈਨੂੰ ਕੀ ਮਸਲਾ ਹੈ ਦੱਸ ਤੇਰਾ ਮਸਲਾ ਇਹ ਹੈ ਕਿ ਆਪਣੀਆਂ ਲੱਤਾਂ ਨੂੰ ਰੈਸਟ ਦੇ ਹਾਂ ਹਾਂ ਆ ਤੂੰ ਤੁਰ ਫਿਰ ਕੇ ਥਲੀਆਂ ਪਾਈਆਂ ਤੂੰ ਮੈਂ ਰੈਸਲ ਬੜੀ ਕਰਦੀ ਰੈਸਲ ਨਾ ਕਰਿਆ ਕਰ ਡਾਇਰੈਕਟ ਕੰਮ ਕਰਿਆ ਕਰ ਤੇਰੇ ਕੋਲ ਸਕੂਟਰ ਰੋਜ਼ ਮੇਰੇ ਘਰ ਦੇ ਪੰਜ ਪੰਜ ਗਾਣੇ ਤੇ ਰੈਸਲ ਕਰਦੀ ਆ ਤੂੰ ਪੰਜ ਪੰਜ ਗਾਣੇ ਉਹਨੂੰ ਕੋ ਕੱਲੇ ਕੱਲੇ ਹੋ ਗਏ ਆ ਤੂੰ ਮਰਨਾ ਆ ਤੈਨੂੰ ਆਪਣੀ ਜਾਨ ਨਾਲ ਪਿਆਰ ਨਹੀਂ ਇਕੱਠੇ ਪੰਜ ਪੰਜ ਤੂੰ ਕਿਹੜੀ ਆਪਣੀ ਮਾਂ ਦੀ ਫਿਲਮ ਬਣਾਉਣੀ ਸ਼ੁਰੂ ਕੀਤੀ ਆ ਅਭੀ ਇੰਨੇ ਰਾਹ ਨਹੀਂ ਹੈਗੇ ਜਿੰਨੇ ਬੰਦੇ ਇਕੱਠੇ ਕੀਤੇ ਮੈਂ ਕਲਾਸੀਕਲ ਠੁਮਕੇ ਲਾਉਂਦੀ ਹਾਂ ਅਤੇ ਠੁਮਕੇ ਲਾਇਆ ਮੈਂ ਉੱਤੇ ਬੈਠ ਕੇ ਨਾ ਲਾਇਆ ਕਰ ਇਹਨਾਂ ਨੂੰ ਲਾਇਕ ਕਰਾਉਣਾ ਹਾਂਜੀ ਆ ਇੱਕ ਕੱਟਾ ਵਾ ਇੱਕ ਨਕਸ਼ਾ ਵਾ ਇੱਕ ਕੇਕ ਆ ਆ ਤੇ ਬੰਦਿਆਂ ਨੂੰ ਤਾਂ ਲਾਇਕ ਕਰਾ ਆਪ ਆ ਸਾਧ ਜੀ ਦਾ ਇਹ ਗੱਲ ਕਰ ਲੈ ਉਹ ਅੰਕਲ ਆਟੋ ਵਾ ਕਿਹੜਾ ਅੰਕਲ ਆ ਇਹ ਆਹ ਬੰਦਾ ਹੈ ਜਿਹਦੇ ਮਨ ਵਿੱਚ ਆਰਾਮ ਕਰਨ ਲੈ ਹੋਟਲਾਂ ਤੇ ਜਾਈਏ ਨਾ ਰੋਟੀ ਲਾਉਣ ਵਾਲੇ ਲਹਿਦਾ ਹੁੰਦੇ ਪੇੜਿਆਂ ਵਾਲੇ ਲਹਿਦਾ ਉਹ ਪੇੜੇ ਵਾਲੇ ਜਦੋਂ ਪੇੜਾ ਸੁੱਟਦਾ ਨਾ ਇੰਜ ਦੂਰੋਂ ਫੱਟੇ ਦੇ ਫੱਟੇ ਤੇ ਡਿੱਗਦੇ ਹੀ ਪੇੜਾ ਇੰਜਦਾ ਹੋ ਜਾਂਦਾ ਡਾਕੂ ਇਹਨਾਂ ਦੇ ਘਰ ਆ ਗਏ ਤੇ ਡਾਕੂ ਲੁੱਟ ਕੇ ਨਹੀਂ ਲਗੇ ਕਰੀਮਾਂ ਲਿਖ ਕੇ ਦੇ ਕੇ ਵੀ ਆਹ ਯੂਜ਼ ਕਰਿਆ ਕਰ ਇਹਦੀ ਭੈਣ ਨੂੰ ਵੀ ਕੱਲ੍ਹ ਦੋ ਡਾਕੂ ਪੈ ਗਏ ਫਿਰ ਇੱਕ ਆ ਗਿਆ ਅੱਛਾ ਦੂਸਰਾ ਉਹ ਹਲੇ ਪਿਆ ਸ਼ਰਾਰਤੀ ਬਹਿੜੇ ਹੁੰਦੇ ਜਿਹਦੇ ਕੁਰਬਾਨੀ ਦੇ ਚਾਂਦ ਰਾਤ ਨੂੰ ਲੱਤੜਵਾ ਕੇ ਕਹਿਣਗੇ ਮੇਰੀ ਤਾਂ ਨਹੀਂ ਕੁਰਬਾਨੀ ਹੋਣੀ ਪਿੰਡਾਂ ਸਾਹਮਣੇ ਜਿਹਦੇ ਡੈਡੀ ਪੱਕਲੇ ਹੁੰਦੇ ਤਾਂ ਅਸੀਂ ਕਬਰ ਦੀ ਹੋਣੀ ਖਾਣ ਲੱਗੇ ਆਪਣੇ ਪਿਓ ਦਾ ਨਹੀਂ ਜਨਾਜ਼ਾ ਪੜਨ ਗਿਆ ਮੈਂ ਕਿਹਾ ਕੀ ਮਸਲਾ ਬਣਿਆ ਕਹਿੰਦਾ ਵਜ਼ੂ ਨਹੀਂ ਹੋਣਾ ਸੀ ਨੱਕ 'ਚ ਪਾਣੀ ਨਹੀਂ ਜਾਂਦਾ ਆ ਮੁੰਡਿਓ ਅਸਰਾਇਲ ਤੇ ਰੂਸ ਦੀ ਜੰਗ ਲੱਗ ਗਈ ਆ ਚਾਰ ਬੰਦੇ ਤਾਸ਼ ਖੇਡਦੇ ਨੇ ਤੇ ਬੰਦਾ ਪਿੱਛੇ ਖਲੋ ਕੇ ਕਹਿੰਦਾ ਦੱਸ ਕੇ ਰੇ ਤੇਰੇ ਨਾਲ ਦੀ ਚਾਹ ਪੀਏ ਵਾ ਆਪਣੀ ਬੁੱਢੀ ਨੂੰ ਕਹਿੰਦਾ ਮੈਨੂੰ ਬੰਦਿਆਂ ਦੇ ਨਾਲ ਤੁਰਿਆ ਕਰੋ ਨੇ ਕਮੀਜ਼ ਲਾ ਕੇ ਮੋਟੇ ਲਾ ਦੀ ਤੇਰੀ ਚਾਹ ਚੜੀ ਗਿਆ ਉਹ ਸਾਡੇ ਮਿਸਰ ਦਾ ਕਲਚਰ ਆ ਮਿਸਰ ਦਾ ਮਿਸਰ ਦਾ
ਨਹੀਂ ਮੇਰਾ ਅੱਜ ਉੱਥੇ ਬਲੇ ਦਵਾਈ ਲੈ ਲਓ ਤੇਰਾ ਕਿੰਨਾ ਛੁੱਟਾ ਹੈ ਆ ਕੰਜਰ ਨਹੀਂ ਬਣਦਾ ਇਹ ਤਾਂ ਕੁਛ ਵੀ ਨਹੀਂ ਮੰਨਦਾ ਇਹ ਗਰੀਸ ਵਾਲੇ ਛਾਪਰ ਕੋ ਪਰੇ ਹੋ ਜੇ ਨੇ ਦੁੱਧ ਨੂੰ ਪੱਤੀ ਲਾ ਦੇਣੀ ਹੈ ਡਾਕਟਰ ਸਾਹਿਬ ਮੇਰੀ ਮਰਜ਼ ਦੱਸ ਇੱਧਰ ਆ ਹੈਲੋ ਜੀ ਇਹਨਾਂ ਦੀ ਇੱਕ ਸਾਈਡ ਚਲਦੀ ਆ ਜੀ ਮੂਤਰ ਨਾਲ ਰੁਕੋ ਜਰਾ ਹਾਂ ਦੱਸੋ ਸਹੀ ਤਰ੍ਹਾਂ ਦੱਸੋ ਇਹਨਾਂ ਦੀ ਇੱਕ ਸਾਈਡ ਚਲਦੀ ਮੈਂ ਕਹਿੰਦਾ ਇਹਨਾਂ ਦੀਆਂ ਦੋਨੇ ਸਾਈਡਾਂ ਚੱਲਣ ਮੈਂ ਨਾ ਦਾ ਇਹ ਸਾਲਾ ਤੁਰਿਆ ਆਵੇ ਬੰਦਾ ਪਰੇ ਨੂੰ ਹੋਇਆ ਪਹਿਲੇ ਧੁਕਣ ਲੱਗਾ ਕੀ ਗੱਲ ਕੀ ਆ ਹੁਣ ਦੱਸ ਬਾਥਰੂਮ ਦੀ ਜਾਂਦੀ ਮੇਰੇ ਕੋਲ ਆ ਇੱਕ ਸੈਂਡ ਬੰਦ ਆ ਜੀ ਇੱਕ ਸੈਂਡ ਸਹੀ ਡਾਂਸ ਨਹੀਂ ਕਰਦੀ ਇਹਨਾਂ ਦੀ ਬਰਕ ਨਹੀਂ ਕਰਦੀ ਹੁਣ ਬੰਦ ਸ਼ਾਇਦ ਜਿਹੜੀ ਉਹ ਖਲੋਣੀ ਆ ਤੇ ਦਵਾਈ ਲੈਣੀ ਆ ਡਾਕਟਰ ਸਾਹਿਬ ਇਹ ਗੱਲ ਸੁਣੋ ਇਹ ਖਲਾਓ ਮੈਂ ਸਹੀ ਤਰੀਕੇ ਨਾਲ ਦੱਸਦੀ ਆ ਮੈਂ ਜਾਣਾ ਸਹੀ ਤਰੀਕੇ ਨਾਲ ਦੱਸਣਾ ਹੁਣ ਸਹੀ ਤਰੀਕੇ ਨਾਲ ਮੈਂ ਜਾਣਾ ਦੁਬਈ ਦੁਬਈ ਇਹ ਡਾਕਟਰ ਸਾਹਿਬ ਕੁੜੀਆਂ ਦੁਬਈ ਕਿਉਂ ਜਾਂਦੀਆਂ ਉੱਥੇ ਗੁਲਸ ਬਾਰੇ ਲੰਬਾਈ ਜ਼ਿਆਦਾ ਹੁੰਦੀ ਆ ਕੁੜੀਆਂ ਜਦੋਂ ਉੱਤੋਂ ਬੈ ਕੇ ਜੰਪਿੰਗ ਕਰਦੀਆਂ ਨਾ ਮਤਲਬ ਬੜਾ ਮਤਾ ਕਈ ਕੁੜੀਆਂ ਦੀ ਬੈਰੇਜ ਵੀ ਖਰਾਬ ਹੋ ਜਾਂਦੀ ਉਹਨੂੰ ਕੀ ਪਤਾ ਇਹ ਨਕਸ਼ੇ ਵਾਲਾ ਨਾ ਛੱਡ ਕੇ ਆਉਂਦਾ ਡਾਕਟਰ ਸਾਹਿਬ ਇਮਾਨਦਾਰ ਬਿਮਾਰੀ ਤੂੰ ਸਹੀ ਸਹੀ ਦੱਸ ਡਾਕਟਰ ਪਿਓ ਵਜਾ ਹੁੰਦੇ ਆ ਦੱਸ ਆ ਵਾਲੀਆਂ ਪਾਈਆਂ ਇਹ ਸਹਿਜ ਹੈ ਤੇਰਾ ਹੋ ਜਾਂਦਾ ਤੁਹਾਡੇ ਘਰ ਦਾ ਹੋਏਗਾ ਇਹ ਬਈ ਮੇਰੀ ਗੱਲ ਸੁਣੋ ਅਗਰ ਸੌਕੀ ਦਾ ਨਾ ਬਣ ਗਿਆ ਤਾਂ ਮੇਰੀ ਗੱਲ ਸੁਣੋ ਡਾਕਟਰ ਸਾਹਿਬ ਹਾਂਜੀ ਮੇਰੀ ਗੱਲ ਸੁਣੋ ਮੈਂ ਤੇ ਸੁਣਨੇ ਆ ਮੈਂ ਤੇ ਸੁਣਦਾ ਤੇਰੀ ਮੈਂ ਤੇ ਸੁਣਦਾ ਤੇਰੀ ਇਹ ਦੁਬਈ ਦੁਬਈ ਗੁਲਜ਼ਾਰ ਦੀ ਦਵਾਈ ਲੰਬੀ ਹੁੰਦੀ ਆ ਜੀ ਉਹ ਗੁਲਜ਼ਾਰ ਨੂੰ ਕਿਹੜੇ ਕਿਹੜੇ ਕੰਮ ਲੈਂਦੇ ਆ ਗੁੱਡੀਆਂ ਲੁੱਟਦੇ ਆ ਇਹ ਡਿਗਰੀਆਂ 'ਚ ਲਿਖਿਆ ਜਾਂ ਤੁਹਾਨੂੰ ਤੁਹਾਡੀ ਬੀਵੀ ਨੇ ਦੱਸਿਆ ਆਹ ਡਾਕਟਰ ਸਾਹਿਬ ਆਹ ਵੇਖੋ ਦੁਬਈ ਮੈਂ ਡਾਂਸ ਕਰਦੀ ਆ ਨਾ ਅੱਛਾ ਓਏ ਕਾਕਾ ਜਲਦੀ ਕਰ ਲਾ ਉਹ ਗੋਲੀ ਕਿੱਥੇ ਰੱਖੀ ਆ ਪੀਲੇ ਰੰਗ ਦੀ ਉਹ ਤੇ ਡਾਕਟਰ ਸਾਹਿਬ ਮੈਂ ਖਾ ਲਈ ਆ ਜਾਂ ਮੈਂ ਘਰ ਚਲ ਗਿਆ ਫੇ 2 ਘੰਟੇ ਆਇਓ ਨਾ ਤੁਸੀਂ ਉੱਤੋਂ ਮੈਨੂੰ 2-3 ਵਾਰੀ ਫੜਿਆ ਵਾ ਇਹ ਤੂੰ ਨਾ ਸੁਣ ਗਿਆ ਤੇ ਟੋਇਆ ਜਾ ਕਰ ਅੱਛਾ ਕੀ ਗੱਲ ਡਾਕਟਰ ਸਾਹਿਬ ਮੈਂ ਜਦੋਂ ਡਾਂਸ ਕਰਦੀ ਆ ਨਾ ਤੇ ਮੇਰਾ ਇੱਕ ਠੁਮਕਾ ਚੱਲਦਾ ਹੈ ਤੇ ਇੱਕ ਨਹੀਂ ਚੱਲਦਾ ਓਏ ਬਕਵਾਸ ਬੰਦ ਕਰੋ ਆਪਣੀ ਓਏ ਡਾਕਟਰ ਨਹੀਂ ਅਜੇ ਹਾਂਜੀ ਕਿਸੇ ਦਾ ਆਪਰੇਸ਼ਨ ਤੇ ਨਹੀਂ ਕੀਤਾ ਨਹੀਂ ਨਹੀਂ ਇਹ ਕਰਾਚੀ ਤੋਂ ਭੱਜੇ ਹੋਏ ਪਾਗਲ ਨੇ ਡਾਕਟਰ